ਪੂਰਾ ਹੈਵੀ ਪੰਪ ਆ ਬਾਈ ਡੇਂਜਰੀ ਆ ਪੰਪ ਦੇਖ ਸਕਦੇ ਤੁਸੀਂ ਵੀ ਪੰਪ ਕਾਫੀ ਮੋਟਾ ਗਾ ਮਟਾਈ ਦੇ ਵਿੱਚ ਮਾੜੇ ਮਾੜੇ ਬੰਦੇ ਦੇ ਪੱਤ ਜਿੰਨਾ ਮੋਟਾ ਪੰਪ ਆ ਬਾਈ ਤੇ weight ਕਿੰਨਾ ਦਾ weight 15 ਕਿਲੋ weight ਆ ਬਾਈ ਪੰਪ ਦਾ 15 ਖਾਲੀ ਪੰਪ ਦਾ 15 ਕਿਲੋ weight ਉਹ ਮਿਸਤਰੀ ਨੇ ਲਾਇਆ ਵਿਚਾਰੇ ਨੇ ਮਿਸਤਰੀ ਕਹਿੰਦਾ ਬਾਈ ਭਾਰੀ ਹੋ ਬਹੁਤ ਆ ਕਹਿੰਦਾ स्वागत है थोड़ा ट्रैक्टर एंड जीप इनफॉर्मेशन चैनल ते आज थोनू जानकारी देवांगे आपां जिहड़ा स्पेयर जैक लाउणे आपां लिफ्ट दी कैपेसिटी वधाउण वास्ते ते आपां किसी भी ट्रैक्टर ते लवा सकदे आ कोई भी एचपी दा ट्रैक्टर होवे जिवें 50 एचपी 55 एचपी 75 एचपी चाहे 100 एचपी ते ला लो किसी भी ट्रैक्टर ते कोई कंपनी दा ट्रैक्टर हैगा कोई किसी लाइफ वधाउंदा जी लिफ्ट दी लाइफ किवें वधाउंदा जिवें कि आपणा देख सकदे आ तुसीं हुण वड्डे तों वड्डे इंप्लीमेंट आ रहे ने ਜਿਵੇਂ ਹੁਣ ਕਲਟੀਵੇਟਰ ਵੀ ਨੇ ਆਪਣੇ ਕਲਟੀਵੇਟਰ ਵੀ ਘੱਟੋ ਘੱਟ 3-4 ਕੁਇੰਟਲ ਦੇ ਹੁੰਦੇ ਨੇ ਤੇ ਉਸ ਕਰਕੇ ਜਿਵੇਂ ਸੁਪਰ ਸੀਡਰ ਹੋ ਗਿਆ 10 ਫੁੱਟ ਕੋਈ ਰੂਟਾਵੀਟਰ ਹੋ ਗਿਆ ਕੋਈ ਵੀ ਹੈਵੀ ਇੰਪਲੀਮੈਂਟ ਆ ਜਿਵੇਂ ਆਪਣੇ ਪਲਾਓ ਨੇ ਪਲਾਓ ਆ ਗਏ ਬਹੁਤ ਜ਼ਿਆਦਾ ਵਜਨ ਹੁੰਦਾ ਉਹਨਾਂ 'ਚ ਤੇ ਉਹਨਾਂ ਵਾਸਤੇ ਨਾ ਹੁਣ ਇੱਕ ਸਪੇਅਰ ਜੈਕ ਲੱਗਣ ਲੱਗ ਗਏ ਕਿਸੇ ਵੀ ਟਰੈਕਟਰ ਤੇ ਲਵਾ ਸਕਦੇ ਆਪਾਂ ਜੀ ਉਹ ਕਿਸੇ ਵੀ ਕਿੰਨੀ ਵੀ ਐਚਪੀ ਦਾ ਟਰੈਕਟਰ ਹੋਵੇ ਬਾਈ 50 ਤੋਂ 45 ਦਾ ਅੱਛਾ ਜਿਹੜੇ ਮਰਜ਼ੀ ਟਰੈਕਟਰ ਤੇ ਜਿਹੜਾ ਮਰਜ਼ੀ ਜੈਕ ਲਵਾ ਸਕਦੇ ਆ ਅੱਛਾ ਜੈਕ ਵੀ ਨਾ ਨਾ ਵੀ ਆਪਣਾ ਜੈਕ ਵੀ ਅੱਡ ਕੁਆਲਿਟੀ ਦੇ ਹੈਗੇ ਨੇ ਉਹ ਆਪਦੇ ਕੈਪੈਸਿਟੀ ਵੀ ਅੱਡ ਜਦੋਂ ਆਪਾਂ ਲਵਾਉਣ ਲੱਗੇ ਬਾਈ ਉਹ ਹੈਵੀ ਲਵਾਵੇ ਛੋਟੇ ਲਵਾਈ ਦਾ ਕੋਈ ਫਾਇਦਾ ਨਾ ਵੀ ਅੱਡ ਕੈਪੈਸਿਟੀ ਚ ਨੇਗੇ ਅੱਡ ਕੈਪੈਸਿਟੀ ਚ ਆਉਂਦੇ ਨੇ ਕੋਈ 3 ਕੁਇੰਟਲ ਵਧਾ ਦਿੰਦਾ ਕੋਈ 4 ਕੁਇੰਟਲ ਵਧਾ ਦਿੰਦਾ ਕੋਈ 5 ਵਧਾ ਦਿੰਦਾ ਉਹ ਘੱਟ ਤੋਂ ਘੱਟ 3 ਕੁਇੰਟਲ ਵਾਲੇ ਦਾ ਲਵਾਉਣਾ ਹੀ ਚਾਹੀਦਾ ਉਹ ਤਾਂ ਨਾਰਮਲ ਹੀ ਹੈਗਾ ਫਿਰ ਜਿਵੇਂ ਹੁਣ ਆਪਾਂ ਕਹਿ ਦਿੰਨੇ ਆ ਵੀ ਜਿਵੇਂ ਸੁਪਰ ਸੀਡਰ ਚ 10 ਕੁਇੰਟਲ ਵਜਨਾ ਹੁੰਦਾ ਤਾਂ ਕੁਝ ਨਹੀਂ ਲਿਫਟ ਨੂੰ ਉਹਦੇ ਨਾਲ ਬਸ ਆਇਆ ਵੀ ਸਮਾਂ ਪੈ ਕੇ ਨਾ ਲਿਫਟ ਟਰੈਕਟਰ ਥੱਲੇ ਡਿੱਗਣ ਲੱਗ ਜਾਂਦੇ ਨੇ ਲਿਫਟ ਆਪੇ ਦੀ ਲਾਈਫ ਘਟਦੀ ਆ ਟਰੈਕਟਰ ਲਿਫਟ ਚੱਕ ਕੇ ਖੜਾਤਾ ਬੰਦ ਕਰਦਾ ਹਾਂ ਹਾਂ ਉਹ ਆਪਦੇ ਆਪ ਲਿਫਟ ਥੱਲੇ ਡਿੱਗਣ ਲੱਗ ਜਾਂਦਾ ਉਹ ਸਿਰਫ ਇਹ ਜੈਕ ਉਹਨੂੰ ਸਪੋਰਟ ਦਿੰਦਾ ਫਿਰ ਪੰਪ ਨੂੰ ਵੀ ਨੁਕਸਾਨ ਆ ਉਹਦਾ ਤਾਂ ਪੰਪ ਨੂੰ ਪੰਪ ਦਾ ਪੰਪ ਦੀ ਵੀ ਲਾਈਫ ਵਧਦੀ ਆ ਜਾਂ ਟਾਪੇ ਦੀ ਤਾਂ ਵਧਣੀ ਉਹ ਵਧੀਆ ਪੰਪ ਦੀ ਵੀ ਲਾਈਫ ਇਹਦਾ ਹਾਈਡ੍ਰੋਲਿਕ ਜੈਕ ਆ ਗਿਆ ਵੀ ਇੱਕ ਤੋਂ ਜਦੋਂ ਆਪਾਂ ਚੱਕਦਾ ਵੀ ਉੱਥੇ ਹੀ ਖੜਾ ਹੈਗਾ ਬਸ ਖੜਾ ਬਸ ਹਾਂ ਉੱਥੇ ਹੀ ਖੜਾ ਅੱਛਾ ਤੇ ਅੱਗੇ ਆ ਜੋ ਮਾੜਾ ਟਰੈਕਟਰ ਵੀ ਦਿਖਾ ਦਈਏ ਵੀ ਕਿਹੜਾ ਹੈਗਾ ਇਹ ਤੇ ਟਰੈਕਟਰ ਵੀ ਤੁਸੀਂ ਦੇਖ ਰਹੇ ਹੋਵੋਗੇ ਲਿਖਿਆ ਬਾਈ ਉਹਨਾਂ ਨੇ 50 55 ਹੋਇਆ ਗਿਆ ਤੇ ਪਰ ਤੁਸੀਂ ਟਰੈਕਟਰ ਵੀ ਦੇਖ ਲਓ ਵੀ ਆਪਦੇ ਹਿਸਾਬ ਨਾਲ ਤੁਸੀਂ ਦੇਖੋ ਵੀ ਕਿਹੜਾ ਟਰੈਕਟਰ ਹੈ ਤੇ ਬਾਈ ਹੋਰੀ ਤੁਹਾਨੂੰ ਦੱਸਣਗੇ ਵੀ ਕਿਹੜਾ ਟਰੈਕਟਰ ਹੈ ਬਾਈ ਇਹ 50 38 ਟਰੈਕਟਰ ਹੈ ਜੀ 50 38 ਟਰੈਕਟਰ ਹੈ ਮਾਡਲ ਮਾਡਲ ਹੈਗਾ 2013 ਤੇ ਇੰਜਨ 50 ਡੀ ਦਾ ਤੇ ਜਿਹੜੀ ਆਪਣੀ ਸ਼ੋਅ ਆ ਗਈ ਤੇ ਉਹਦੇ ਸਟicker ਜਿਹੜੇ ਮਰਜ਼ੀ ਲਾ ਨਾ ਸਟicker ਦੀ ਤਾਂ ਗੱਲ ਚਲਾ ਆ ਗਈ ਸਟicker ਦਾ ਮੁੱਲ ਹੈ ਤੇ ਬਾਈ ਇਹਦੀ ਸ਼ੋਅ ਬਾਰੇ ਵੀ ਦੱਸ ਦੇ ਵੀ ਸ਼ੋਅ ਤਾਂ ਆਪਣੀ ਇਹ 16 ਮਾਡਲ ਦੇ ਉੱਪਰ ਲਈ ਹੈ ਇਹ ਹੈਗਾ 13 ਮਾਡਲ ਬਾਈ 13 ਮਾਡਲ 13 ਮਾਡਲ ਚ ਸ਼ੋਅ ਦੂਸਰੀ ਆਉਂਦੀ ਸੀ ਪੁਰਾਣੇ ਅੱਛਾ 13 ਮਾਡਲ ਚ ਕਾਲੇ ਇੰਜਨ ਵਾਲਾ ਵੀ ਆਉਂਦਾ ਸੀ ਉਹੀ ਆ ਕਾਲੇ ਇੰਜਨ ਤਾਂ ਬੰਦ ਹੋ ਗਏ ਸੀ ਸ਼ਾਇਦ 10 ਚ ਬੰਦ ਹੋ ਗਏ ਸੀ ਅੱਛਾ ਉਦੋਂ ਬਾਅਦ 11 12 ਚ ਇਹ ਆ ਗਏ ਸੀਗੇ 13 ਚ ਆ ਗਏ ਸੀ ਸ਼ਾਇਦ ਇਹ ਇੰਜਨ ਵਾਲੇ ਤੇ ਇਹਦੇ ਵਿੱਚ ਬਾਈ ਜੀ 50 ਡੀ ਦਾ ਇੰਜਨ ਧਰਿਆ ਹੋਇਆ ਬਿਲਕੁਲ ਜਮਾਂ ਨਵਾਂ ਬ੍ਰਾਂਡ ਨਿਊ 50 ਐਚਪੀ ਦਾ ਮਤਲਬ ਵੀ ਹੁਣ ਇਹ ਕਿਉਂਕਿ ਗੇਅਰ ਬਾਕਸ ਤਾਂ ਇਹਨਾਂ ਦਾ ਸੇਮ ਹੀ ਹੁੰਦਾ 50 38 ਹੋਇਆ 50 39 ਹੋ ਗਿਆ 50 ਹੋ ਗਿਆ ਗੇਅਰ ਬਾਕਸ ਤਾਂ ਇਹਨਾਂ ਦੇ ਸੇਮ ਹੋ ਜਾ 2 ਸਪੀਡ ਹੋ ਗਏ ਨੇ ਅੱਛਾ ਤੇ ਇਹਦੀ ਪੰਪ ਵੀ ਵੱਡਾ ਲਾਇਆ ਹੋਇਆ ਜਿਹਦੇ 50 75 ਵਾਲਾ ਹਾਈਡ੍ਰੋਲਿਕ ਹੋਇਆ ਹਾਈਡ੍ਰੋਲਿਕ ਪੰਪ ਵੱਡਾ ਲੱਗਿਆ ਹੋਇਆ ਜੀ 50 75 ਵਾਲਾ 50 75 ਵਾਲਾ ਪੰਪ ਲੱਗਿਆ ਵੀ ਮੰਨ ਲੈ ਵੀ ਜਗਾੜੂ ਹੀ ਆ ਸਾਰਾ ਲਾਈਫ ਬਾਈ ਇਹਦੀ ਟਰੈਕਟਰ ਮਰ ਜੂ ਕੀ ਕਹਿੰਦੇ ਹੁੰਦੇ ਨੇ ਟਰੈਕਟਰ ਨਹੀਂ ਮਰਦਾ ਹੈਗਾ ਦੇਖ ਸਕਦੇ ਹੋ ਤੁਸੀਂ ਵੀ ਬੰਦੇ ਮਰ ਜਾਣਗੇ ਟਰੈਕਟਰ ਨਹੀਂ ਮਰਦਾ ਜਗਾੜੂ ਵੀ ਕੰਮ ਪੂਰਾ ਹੈ 50 ਐਚਪੀ ਦਾ 55 ਐਚਪੀ ਦਾ ਕੰਮ ਦਿੰਦਾ ਹਾਂ 55 ਐਚਪੀ ਦਾ ਦਿੰਦਾ ਕੰਮ ਤੇ weight ਬੂਟ ਵੀ ਲਾਏ ਹੋਏ ਨੇ ਵਧੀਆ weight ਹਾਂ weight ਲੱਗੇ ਹੋਏ ਨੇ 4 ਪਲੇਟਾਂ ਲਾ ਰੱਖੀਆਂ ਕਿੰਨਾ ਕਿੰਨਾ weight ਆ ਇਹ 40 ਕਿਲੋ ਦੀ ਆ 40 ਕਿਲੋ 40 80 ਇੱਕ 20 ਇਹ 2 ਕੁਇੰਟਲ 20 ਕਿਲੋ ਵਜਨ ਹੋ ਗਿਆ ਇਹ ਅੱਛਾ 2 10 ਹੋ ਗਿਆ ਜੋ 20 ਹੈ 42 ਕਿਲੋ ਦੀ 20 ਮੰਨ ਲਾ ਹੁਣ ਵੀ ਹੁਣ ਇਹਦੇ ਜੈਕ ਵੀ ਲੱਗ ਗਿਆ weight ਵੀ ਹੈਗਾ ਅੱਗੇ ਪਾਵਰ ਵੀ ਵੱਡੀ ਆ ਸੁਪਰ ਸੀਡਰ ਚਲਾਉ ਸੁਪਰ ਸਾਹ ਸੁਪਰ ਸੀਡਰ ਆਰਾਮ ਨਾਲ ਚਲਾਊਗਾ ਹੁਣ ਨਾ ਇੱਕ ਜਗਾੜ ਕਰ ਰਹੇ ਆਪਾਂ ਬੰਦਾ ਹੈਗਾ ਆਪਣਾ ਇੱਕ ਅੱਛਾ ਇਹਦੇ ਇਹੀ ਗੇਅਰ ਚ 3 ਸਪੀਡ ਕਰਾਂਗੇ ਨੂੰ ਅੱਛਾ ਏਸੇ ਗੇਅਰ ਚ ਏਸੇ ਗੇਅਰ ਚ ਅੱਛਾ ਵੀ ਆਪਾਂ ਪਹਿਲਾਂ ਤਾਂ ਦਿਖਾਇਆ ਗਿਆ ਵੀ ਉਹ ਥੱਲੇ ਗੇਅਰ ਲਾਉਂਦਾ ਆਪਾਂ ਨੇ ਵੀ ਲੀਵਰ 4 ਲਾਇਆ ਸੀ ਹੁਣ ਇਹਦੇ ਵਿੱਚ ਹੀ 2 3 ਗਰਾਰੀਆਂ ਤਾਂ ਇਹਦੇ ਪੈਣਗੀਆਂ 53 ਦੱਸਦੇ ਗੇਅਰ ਵਾਲੀਆਂ ਅੱਛਾ ਬਾਕੀ ਗਰਾਰੀਆਂ ਇਹੀ ਚੱਲ ਜਾਣੀਆਂ ਤੇ ਗੌਰ ਕਰੇ ਹੁਣ ਉਹ ਬੰਦੇ ਦੀ ਵੀਡੀਓ ਜਲਦੀ ਲੈ ਕੇ ਆਵਾਂਗੇ ਆਪਣੇ ਚੈਨਲ ਤੇ ਥੋੜਾ ਜਿਹਾ ਸਮਾਂ ਲੱਗ ਜਾਊਗਾ ਅੱਛਾ ਕਿਉਂਕਿ ਨਾ ਫਿਰ ਨਵੀਂ ਚੀਜ਼ ਨੂੰ ਸਮਾਂ ਤਾਂ ਲੱਗਦਾ ਹੀ ਆ ਟ੍ਰਾਇਲ ਆ ਹਜੇ ਟ੍ਰਾਇਲ ਵੀ ਇਹ ਝੁੱਟੇ ਦੀ ਕਰਨਾ ਹਾਂ ਆਪਣਾ ਆਪਦਾ ਟਰੈਕਟਰ ਹੈਗਾ ਇਹ ਤਾਂ ਆ ਵੀ 3 ਗਰਾਨੀ ਹੈ ਜੇ 53 ਦੱਸਦੇ ਗੇਅਰ ਵਾਲੀਆਂ ਪੈਣੀਆਂ ਜੋ ਪੈ ਗਿਆ ਫਿਰ ਤਾਂ ਸਫਲਾ ਉਹੀ ਲੀਵਰ ਚ ਸਾਰਾ ਕੁਝ ਹੀ ਹੋ ਜਾਊਗਾ ਅੱਛਾ ਤੇ ਟਾਇਰ ਵੀ ਵੱਡੇ ਪਾਏ ਨੇ ਹਾਂ ਟਾਇਰ ਵੱਡੇ ਪਾਏ ਨੇ ਪਹਿਲਾਂ ਟਾਇਰਾਂ ਬਾਰੇ ਦੱਸ ਦੋ ਟਾਇਰ ਤਾਂ ਇਹਦੇ ਜਿਹੜੇ ਕਿੱਥੋਂ ਲਿਆਂਦੇ ਨੇ ਕੀ ਰੇਟ ਲਿਆਂਦੇ ਨੇ ਕਿਹੜੀ ਕੰਪਨੀ ਦੇ ਨੇ 16000 ਦੇ ਅੱਛਾ 16000 ਦੇ ਬਿੱਦਰਿਮ ਬਿੱਦਰਿਮ ਹਾਂ ਐਮਆਰਐਲ ਐਮਆਰਐਲ ਲਾਈਫ ਦੇ ਇਹਨਾਂ ਦੇ ਵੀ ਕਿੰਨਾ ਟਾਈਮ ਹੋ ਗਿਆ ਪੋਇਆ ਨੂੰ ਇਹਨਾਂ ਨੂੰ ਸਾਲ ਤੋਂ ਉੱਪਰ ਹੋ ਗਿਆ ਸਾਲ ਤੋਂ ਉੱਪਰ ਹੋ ਗਿਆ ਲੁੱਕ ਵੀ ਬਣ ਗਈ ਹੈ ਟਾਇਰਾਂ ਨਾਲ ਪਹਿਲਾਂ ਤਾਂ ਛੋਟੇ ਹੁੰਦੀ ਸੀ ਜਮੀ ਅੱਛਾ ਤੇ ਇੰਜਨ ਬਸ ਵੀ ਨਵਾਂ ਹੀ ਸੀਲਡ ਹੀ ਲਾ ਲਓ
ਕੋਈ ਮੋਡੀਫਿਕੇਸ਼ਨ ਤੇ ਨਹੀਂ ਹੋਈ ਕੋਈ ਨਾ ਮੋਡੀਫਿਕੇਸ਼ਨ ਦੀ ਲੋੜ ਹੀ ਨਹੀਂ ਭਾਈ ਐਡਾ ਕਿਹੜਾ ਆਪਾਂ ਕਿਸੇ ਨਾਲ ਜਹਾਜ਼ ਖਿਚਾਉਣਾ ਜਹਾਜ਼ ਨਹੀਂ ਕਿਤੇ ਕੋਈ ਹੋਰ ਦੇਖ ਕੇ ਫਸਾ ਲੈ ਸੁਪਰ ਸੀਡਰ ਕੁਛ ਮਰਜ਼ੀ ਪਾ ਲੈ 9 ਫੁੱਟ ਦਾ ਰੋਟਾਵੀਟਰ ਤਾਂ ਆਪਾਂ ਪਾਉਂਦੀ ਰਹੇ ਆ ਇਹਦੇ ਵਿੱਚ ਹਾਂ 9 ਫੁੱਟ ਦਾ ਚੱਲ ਚੱਲਦਾ 50 ਐਚਪੀ ਦਾ ਇੰਜਨ ਆ ਗਿਆ ਹਾਂ ਤੇ ਆ ਇੰਨਾ ਵਾਰੀ ਇਹ ਸੀਆਰਡੀ ਵਾਲੇ ਲੱਗੇ ਹੋਏ ਨੇ 54-55 ਵਾਲੇ ਤੇ ਕਦੇ ਮੈਟ ਧਰਿਆ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਆਪਣੀ ਸੱਚ ਦੁਕਾਨ ਬਾਰੇ ਵੀ ਦੱਸੋ ਦੁਬਾਰੇ ਕੋਈ ਗੱਲ ਨਹੀਂ ਬਾਈ ਜੇ ਕਿਸੇ ਨੂੰ ਸਮਾਨ ਚਾਹੀਦਾ ਤਾਂ 95-308-14,000 95-308-14,000 ਵੀਡੀਓ ਦੇ ਉੱਤੇ ਵੀ ਆਊਗਾ ਨੰਬਰ ਨੰਬਰ ਤੇ ਫੋਨ ਲਾ ਲਾ ਕੇ ਨਾ ਕੰਨ ਖਾ ਲਓ ਕੋਈ ਵੀ ਸਪੇਅਰ ਪਾਰਟ ਚਾਹੀਦਾ ਸਪੇਅਰ ਪਾਰਟ ਲੈਣ ਵਾਲਾ ਫੋਨ ਕਰਿਓ ਬਾਈ ਸਵਾਦ ਲੈਣ ਵਾਲੇ ਫੋਨ ਨਾ ਕਰਿਓ ਨਹੀਂ ਅੱਧੇ ਕਈਆਂ ਨੂੰ ਵੀ ਆ ਦੇ ਦੋ ਬਾਈ ਐਵੇਂ ਇੰਨਾ ਟਾਈਮ ਨਹੀਂ ਹੈਗਾ ਹਣਾ ਸੀਜ਼ਨ ਦਾ ਟਾਈਮ ਆ ਤੁਹਾਨੂੰ ਪਤਾ ਵੀ ਜਿਹਨੂੰ ਹੁਣ ਜੌਂਡੀਅਰ ਦਾ ਸਮਾਨ ਚਾਹੀਦਾ 95-308-14,000 ਤੇ ਲਾ ਕੇ ਫੋਨ ਆਪਦਾ ਸਮਾਨ ਚੱਕੋ ਤੇ ਆਜੋ ਤੁਹਾਨੂੰ ਚੈੱਕ ਬਾਰੇ ਦੇਈਏ ਜਾਣਕਾਰੀ ਪਹਿਲਾਂ ਤੇ ਜੈਕ ਬਾਰੇ ਵੀ ਦੇ ਦੋ ਜਾਣਕਾਰੀ ਕਿੰਨਾ ਟਾਈਮ ਹੋ ਗਿਆ ਲਗਵਾਏ ਨੂੰ ਇਹ ਹਜੇ ਪਰਸੋਂ ਹੀ ਲਵਾਇਆ ਪਰਸੋਂ ਲਵਾਇਆ ਟ੍ਰਾਇਲ ਤਾਂ ਕੋਈ ਕੀਤਾ ਨਹੀਂ ਹੋਣਾ ਜੀ ਨਹੀਂ ਟ੍ਰਾਇਲ ਹਜੇ ਨਹੀਂ ਕੀਤਾ ਪਰ ਉਹ ਓਕੇ ਆ ਸਕਸੈਸਫੁਲ ਆ ਪੂਰਾ ਓਕੇ ਇਹ ਆਪਾਂ ਲਵਾਇਆ ਜੀ ਕਾਕਾ ਮਿਸਤਰੀ ਸਨਾਮ ਤੋਂ ਤੇ ਆਪਾਂ ਲਿਆਂਦਾ ਕਿੱਥੋਂ ਲਿਆਂਦਾ ਕਿੱਥੋਂ ਦੀ ਲਿਆਂਦਾ ਤਾਂ ਮੈਂ ਮੰਗਾਇਆ ਸੀ ਆਪ ਲਿਆਂਦਾ ਸੀ ਆਪ ਹੀ ਮੰਗਾਇਆ ਵੀ ਲਗਵਾਇਆਗਾ ਇਹ ਫੁੱਲ ਇਹ 61B ਵਾਲਾ ਜੀ ਇਹ ਅੱਛਾ ਜਿਹੜਾ ਜੌਂਡੀਅਰ ਦਾ 61B ਨਹੀਂ ਆਉਂਦਾ ਉਹਦੇ ਸਪੇਅਰ ਜੈਕ ਆਉਂਦਾ ਉਹ ਜੈਕ ਆ ਤੇ ਉਹ ਬਈ ਇਹਦੀ ਆਪਦੀ ਲਿਫਟ ਕਪੈਸਿਟੀ ਕਿੰਨੀ ਹੈਗੀ ਲਿਫਟ ਕਪੈਸਿਟੀ ਤਾਂ ਬਈ ਇਹਦੀ 1800 kg ਦੀ 1800 kg ਵੀ ਸੁਪਰ ਸੀਡਰ ਨੂੰ ਚੱਕ ਸਕਦਾ ਵੀ ਪਰ ਧੱਕਾ ਹੀ ਆ ਚੱਕ ਸਕਦਾ ਸੁਪਰ ਸੀਡਰ ਚ ਤਾਂ ਵਜਨ ਜੇ ਆਪਾਂ ਦੇਖੀ 11 ਉਹਦਾ ਵੱਡੇ ਵੱਡਿਆਂ ਦਾ ਉਹ ਕਰਦਾ ਪਰ ਉਹ ਆਇਆ ਵੀ ਨਾ ਕਿੱਥੇ ਤਾਂ ਟਰਾਲੀ ਦੀ ਲਿਫਟ ਚੱਕਣੀ ਝਟਕੇ ਮਾਰਦਾ ਟਰਾਲੀ ਦੀ ਲਿਫਟ ਤਾਂ ਜਿੰਨੀ ਮਰਜ਼ੀ ਚਕਾ ਲਾ ਅਸਲ ਪਤਾ ਤਾਂ ਸੁਪਰ ਸੀਡਰ ਤੇ ਹੀ ਲੱਗਦਾਗਾ ਵੀ ਆਪਣੇ ਟਰਾਲੀ ਚ ਤਾਂ ਆਪਣੀ 100 ਕੁਇੰਟਲ ਵਜਨ ਵੀ ਹੁੰਦਾ ਉਹ ਵੀ ਚੱਕ ਦਿੰਦੀ ਆ ਹਾਂਜੀ ਆ ਮੇਰੀ ਗੱਲ ਇਹ ਜੇ 10 ਕੁਇੰਟਲ ਹੁੰਦਾ ਇਹ 10 ਕੁਇੰਟਲ ਹੀ ਚਿੰਗਾਲ ਮਰਾਨ ਦਾ ਲਿਫਟ ਦੀ ਸੁੱਤਾ ਚੱਕਣਾ ਹੁੰਦਾ ਤੇ ਫਿਰ ਵੀ ਉਹ ਆਪਣੇ ਲਿਫਟ ਟਾਪੇ ਦੇ ਵਾਸਤੇ ਉਹ ਹੈਗਾ ਆ ਲੱਤਾਂ ਨੇ ਇਹਦਾ ਵਜਨ ਚੱਲਣਾ ਕਿੱਥੇ ਉਹ ਪੰਪ ਨੇ ਵਜਨ ਚੱਕਣਾ ਉਹ ਪੰਪ ਨਾਲ ਕਿੰਨਾ ਦੇਖੋ ਕਿੰਨਾ ਵਜਨ ਚੱਕ ਦਿੰਦਾ ਉਹੀ ਕੰਮ ਆ ਪੰਪ ਦਾ ਅੱਛਾ ਆ ਐਂ ਲਾ ਲਾ ਵੀ ਟਰਾਲੀ ਵਾਲਾ ਪੰਪ ਇੱਕ ਤਰ੍ਹਾਂ ਦਾ ਇਹ ਅੱਡ ਕੋਈ ਹੋਲ ਹਾਲ ਤਾਂ ਨਹੀਂ ਕਰਨਾ ਪੈਂਦਾ ਕੁਝ ਨਹੀਂ ਕਰਨਾ ਪੈਂਦਾ ਹੈਗਾ ਟਾਪੇ ਚੋਂ ਸਿੱਧੀ ਗੋਲੀ ਨਿਕਲ ਕੇ ਆਉਂਦੀ ਹੁੰਦੀ ਆ ਪੁਰਾਣੇ ਜਿਵੇਂ ਪਹਿਲਾਂ ਮੈਂ ਤੁਹਾਨੂੰ ਅੱਛਾ ਜਿੱਥੇ ਡਿਸਟ੍ਰੀਬਿਊਟਰ ਆ ਜਾਂਦੇ ਆਪਾਂ ਦੋ ਹੁੰਦੇ ਰਹੇਗੇ ਡਬਲ ਡਿਸਟ੍ਰੀਬਿਊਟਰ ਤਾਂ ਅਲੱਗ ਡਬਲ ਡਿਸਟ੍ਰੀਬਿਊਟਰ ਨਾਲ ਇਹਦਾ ਕੋਈ ਲਿੰਕ ਨਹੀਂ ਅੱਛਾ ਇਹਦੀ ਤਾਂ ਅਲੱਗ ਪੈਪ ਆਉਂਦੀ ਹੈ ਜਿਵੇਂ ਪਹਿਲਾਂ ਆਪਾਂ ਲਿਫਟ ਚੱਕਦੇ ਨਹੀਂ ਹੁੰਦੇ ਸੀਗੇ ਉਹ ਲਿੰਕਾਂ ਨਾਲ ਲੱਗ ਕੇ ਪੰਪ ਪੁਰਾਣੇ ਟਰੈਕਟਰਾਂ ਦਾ ਜਿਵੇਂ ਸਵਰਾਜ ਟਰੈਕਟਰ ਦੀ ਆ ਉਹੀ ਪੈਪ ਚ ਲੱਗ ਜਾਂਦਾ ਇਹ ਵੀ ਪਹਿਲਾਂ ਸਵਰਾਜ ਜਿਵੇਂ ਟਰੈਲ ਆਪਾਂ ਚੱਕਣ ਦੀ ਲੋੜ ਨਹੀਂ ਹੈਗੀ ਕੁਝ ਕਰਨ ਦੀ ਲੋੜ ਅੱਛਾ ਵੀ ਜਿਵੇਂ ਪਹਿਲਾਂ ਸਵਰਾਜ ਟਰੈਕਟਰ ਪਹਿਲਾਂ ਉਹਦੇ ਨਾਲ ਲਾਉਂਦਾ ਟਰਾਲੀ ਵਾਲਾ ਲਿੰਕ ਵੀ ਉਸ ਤੋਂ ਬਾਅਦ ਚ ਜਾ ਕੇ ਵੀ ਆਪਾਂ ਮੰਨੀਏ ਵੀ ਇਹ ਜੈਕ ਕੰਮ ਕਰਦਾ ਸਟਾਰਟ ਕਰਕੇ ਦਿਖਾ ਦੂੰ ਮੜਾ ਜਾ ਤੇ ਇੱਕ ਮੇਨ ਗੱਲ ਹੈ ਸਟੀਅਰਿੰਗ ਵੀ ਦੇਖੋ ਟਾਪ ਮਾਡਲ ਵਾਲਾ ਹੈ 2023 ਮਾਡਲ ਵਾਲਾ ਤੇ ਚੱਕ ਬਾਈ ਲਿਫਟ ਤੇ ਚੱਕੀ ਬਾਈ ਲਿਫਟ ਸਾਰੀ ਪੂਰਾ ਹੈਵੀ ਪੰਪ ਆ ਬਾਈ ਡੇਂਜਰੀ ਆ ਪੰਪ ਦੇਖ ਸਕਦੇ ਤੁਸੀਂ ਵੀ ਪੰਪ ਕਾਫੀ ਮੋਟਾ ਹੈਗਾ ਮਟਾਈ ਦੇ ਵਿੱਚ ਮਾੜੇ ਮਾੜੇ ਬੰਦੇ ਦੇ ਪੱਤ ਜਿੰਨਾ ਮੋਟਾ ਪੰਪ ਆ ਬਾਈ ਤੇ weight ਕਿੰਨਾ ਦਾ weight 15 ਕਿਲੋ weight ਆ ਬਾਈ ਪੰਪ ਦਾ 15 ਖਾਲੀ ਪੰਪ ਦਾ 15 ਕਿਲੋ weight ਉਹ ਮਿਸਤਰੀ ਨੇ ਲਾਇਆ ਵਿਚਾਰੇ ਨੇ ਮਿਸਤਰੀ ਕਹਿੰਦਾ ਬਾਈ ਭਾਰੀ ਹੋ ਬਹੁਤ ਹੈ ਕਹਿੰਦਾ ਬਹੁਤ ਹੈਵੀ ਲਵਾਰ ਗਿਆ ਪੰਪ ਅੱਛਾ ਤੇ ਇਹਦੇ ਵਿੱਚ ਤੇਲ ਤੂਲ ਤਾਂ ਫਿਰ ਸਿੱਧਾ ਹੀ ਆਉਂਦਾ ਸਿੱਧਾ ਹੀ ਆਉਂਦਾ ਟਰੈਕਟਰ ਟਰਾਲੀ ਵਾਲਾ ਹੀ ਕੰਮ ਬਣ ਲਈ ਹਾਂ ਟਰਾਲੀ ਵਾਲਾ ਕੰਮ ਹੀ ਆ ਬਸ ਅੱਛਾ ਹਾਂ ਤੇ ਬਾਬਾ ਬ੍ਰੈਂਡ ਓਰੀਜਨਲ ਕੰਮ ਕਰਿਆ ਹੋਇਆ ਇਹ ਨਹੀਂ ਹੈਗਾ ਕੋਈ ਬੈਲਰੀ ਕਰਿਆ ਹੋਇਆ ਕੋਈ ਇਹਦੇ ਜਿਹੜੇ ਆ ਗੋਡੇ ਹੁੰਦੇ ਨੇ ਉਹਨਾਂ ਚ ਕੋਈ ਗਲੀ ਨਹੀਂ ਨਿਕਲੀ ਇਹਦਾ ਸਪੇਅਰ ਪਲਾ ਕੇ ਬਣਾ ਕੇ ਐਨ ਜੈਨੂਅਲ ਦਾ ਕੰਮ ਕਰਿਆ ਜੈਨੂਅਲ ਦਾ ਕੰਮ ਕਰਿਆ ਹੋਇਆ ਕੋਈ ਜਗਾੜ ਨਹੀਂ ਲਾਇਆ ਕੋਈ ਬੈਲਡਰ ਕੋਈ ਬੈਲਡ ਬੂਲ ਵਾਲਾ ਕੰਮ ਨਹੀਂ ਹੈਗਾ ਵੀ ਬੈਲਾ ਜਦੋਂ ਮਰਜ਼ੀ ਖੋਲਣਾ ਹੈ ਆਹ ਨਟ ਖੋਲੋ ਇੱਕ ਨੀਚੇ ਪੈਰ ਬਣਾਇਆ ਹੋਇਆ ਇਹਦਾ ਉਹ ਖੋਲੋ ਬਸ ਕਰ ਦੋ ਵਿੱਚੋਂ ਇੱਥੇ ਜੇ ਲੋਡ ਨਹੀਂ ਹੈਗੀ ਆ ਪੈਪ ਬੰਦ ਕਰ ਦੋ ਬਸ ਇਹ ਹੁੱਕ ਵੀ ਕਾਫੀ ਵੱਡੀ ਲਵਾਈ ਹੋਈ ਹੈ ਹੁੱਕ ਬਾਈ ਆਪਣੀ ਟਰਾਲੀ ਦੀ ਉਹਦੀ ਥੋੜੀ ਜਿਹੀ ਹੁੱਕ ਜ਼ਿਆਦਾ ਚੌੜੀ ਹੈ ਬਹੁਤ ਜ਼ਿਆਦਾ ਚੌੜਾ ਹੈ ਟਰਾਲੀ ਵੀ ਵੱਡੀ ਹੈ ਪਈ ਹੈ ਹਾਂ ਬਟਾ ਲੱਗਾ ਜੀ ਅੱਛਾ ਉਹਦੇ ਕਰਕੇ ਫਿਰ ਵੱਡੀ ਹੁੱਕ ਕਰੀ ਹੋਈ ਆ ਤੇ ਇੱਕ ਅਦੀ ਤੁਹਾਨੂੰ ਸ਼ੋ ਚੱਕ ਕੇ ਦਿਖਾ ਦਿੰਨੇ ਆ ਜੋ ਆ ਜੋ ਵੀਰੇ ਦਿਖਾਓ ਕੀ ਕੀ ਕੁਛ ਆਇਆ ਚ ਅਲਟਰਨੇਟਰ ਅਲਟਰਨੇਟਰ 75 ਵਾਲਾ ਹਾਈਡ੍ਰੋਲਿਕ ਪੰਪ ਫਿੱਟ ਆਉਂਦਾ ਸਾਰਾ ਕੁਛ ਕੁਛ ਕਰਨ ਕੋਈ ਜਗਾੜ ਬਾਜੂ ਕਰਨ ਦੀ ਲੋੜ ਨਹੀਂ ਬਾਈ
ਐ ਨਹੀਂ ਹੈਗਾ ਵੀ ਪੱਤੀ ਵੱਢ ਕੇ ਹੋਰ ਲਾਤੀ, ਉਹੀ ਓਰੀਜਨਲ ਹੀ ਪੈਰਾਂ 'ਚ ਫਿੱਟ ਹੋਇਆ ਹੋਇਆਗਾ। ਅੱਛਾ ਬਾਈ, ਹਾਂ ਤੇ ਆਹ ਏਅਰ ਫਿਲਟਰ ਆਪਣਾ ਉਹੀ ਆ, ਉਹੀ ਆ ਨੋਰਮਲ ਹੀ ਆ ਆਪਣੀ ਏਅਰ ਫਿਲਟਰ ਨੋਰਮਲ ਹੀ ਆ ਗਿਆ ਤੇ ਇਹ ਵੀ ਵੱਡਾ ਲੱਗਦਾ, ਲੱਗ ਜਾਂਦਾ ਵੱਡਾ ਪਰ ਵੈਸੇ ਲੋਡ ਨਹੀਂ ਇਹਨੂੰ। ਨਾ ਇੱਕ ਗੱਲ ਹੋਰ ਆ ਗਈ, ਇਹ ਵੱਡਾ ਲਾਈਨ ਆ ਪਾਵਰ ਪੂਵਰ ਦਾ ਨਹੀਂ, ਨਾ ਕੋਈ ਫਰਕ ਨਹੀਂ ਪੈਂਦਾ ਬਾਈ ਇਹਦੇ ਨਾਲ, ਉਹੀ ਪਾ ਪੇੜ ਚਾਲੀ ਆ। ਇਹ ਆਏ ਆ ਬਸ ਵੀ ਹੁਣ ਜਿਵੇਂ ਆਪਣੇ ਕੋਲੇ ਪੁਰਾਣੇ ਟਰੈਕਟਰ ਨੇ, ਜਿਵੇਂ ਤੁਹਾਡੇ ਕੋਲ 45-11 ਟਰੈਕਟਰ ਆ, ਹਾਂ ਜਿਵੇਂ ਤੁਸੀਂ ਉਹਦੇ ਦੂਜਾ ਤੇਲ ਵਾਲਾ ਫਿਲਟਰ ਲਾਇਆ ਹੋਇਆ, ਉਹ ਹਾਂ ਕੰਪਨੀ ਵੱਲੋਂ ਆਉਂਦਾ ਸੀ, ਉਹਦਾ ਫਾਇਦਾ ਨਹੀਂ ਹੈਗਾ ਕੋਈ। ਅੱਛਾ, ਫਾਇਦਾ ਹੈ ਨਹੀਂ। ਹੁਣ ਜਿਵੇਂ ਗੱਲ ਇੱਕ ਲਾ ਲਓ ਵੀ ਤੇ ਹੁਣ ਜਿਵੇਂ ਮੈਨੂੰ ਤੁਸੀਂ ਗੱਲਾਂ ਕਰਕੇ ਖੜਾ ਦੋ ਰਿਹਾ, ਹਾਂ ਤੇਰੇ ਕਿ ਧੁੱਕੇ ਖੜੇ ਤੇਰੇ ਤੇ ਜਿਵੇਂ ਤੇਰੇ ਦਾ ਲਾਇਨ ਲਾ ਕੇ ਖੜਾ ਦਈਏ, ਮਲੈਣ ਲਾ ਕੇ ਮੈਂ ਖੜ ਜਾ ਸੁੱਕਾ ਵੀਰ, ਮੇਰੇ ਤੇ ਤੇਲ ਤੇਰੇ ਤੇ ਮੱਲੋ ਮੱਲੀ ਰੇਤਾ ਚਿੰਬੜੂ ਆ ਕੇ, ਨਾ ਮੇਰੇ ਤੇ ਮੰਨ ਲਓ ਰੇਤਾ ਪਾ ਦੂੰ, ਮੇਥੋਂ ਰੇਤਾ ਲੈਂਦਾ ਨਹੀਂ, ਸੁੱਕੇ ਕੱਪੜੇ ਤੇ ਰੇਤਾ ਛੇਤੀ ਆਪਾਂ ਝਾੜ ਦਾਂਗੇ, ਲੈ ਜੂ। ਚਲੋ ਇਹ ਆਇਆ ਵੀ ਆਪਾਂ ਨੂੰ ਰੋਜ਼ ਸਾਫ਼ ਕਰਨਾ ਪੈਂਦਾ ਜੇ ਸੀਜ਼ਨ 'ਚ ਚੱਲਦਾ। ਅੱਛਾ, ਕੁਛ ਉਹਦੇ ਫਾਇਦੇ ਵੀ ਨੇ, ਕੁਛ ਨੁਕਸਾਨ ਵੀ ਨੇ। ਨੁਕਸਾਨ ਉਹ ਫਿਲਟਰ ਦਾ ਆਇਆ ਵੀ ਚਲਾਈ ਜਾਓ ਤੁਹਾਡਾ ਸੀਜ਼ਨ ਕੱਟ ਦੂ। ਅੱਛਾ, ਪਰ ਉਹ ਆਇਆ ਵੀ ਉਹ 'ਚ ਥੋੜਾ ਉਹਦੀ ਚੋਕਿੰਗ ਦੀ ਪ੍ਰੋਬਲਮ ਵੱਧ ਆਉਂਦੀ ਆ, ਉਹ ਫਿਲਟਰ ਹੁੰਦਾ ਉਹਦੀ ਸਾਫ਼ ਕਰਨ ਦੀ ਲੋੜ ਨੀ, ਸਿਰਫ ਬਾਹਰਲਾ ਫਿਲਟਰ ਸਾਫ਼ ਕਰ ਦਿਆ ਕਰੋ। ਤਿੰਨ ਹੁੰਦੇ ਨੇ, ਤੇ ਦਿਖਾ ਵੀ ਦਈਏ ਆਪਾਂ ਕਿਹੜੇ ਕਿਹੜੇ ਨੇਗੇ, ਕੱਢਣਾ ਵੀ ਲਾਉਣਾ ਵੀ ਸੌਖਾ ਗਾ, ਬਹੁਤ ਸੌਖਾ ਕੰਮ ਆ ਬਾਈ। ਅੱਛਾ, ਇਹ ਤਾਂ ਵੀ ਇਹਦੇ ਨਾਲ ਹੀ ਆਇਆ ਸੀ ਇੰਜਣ ਦੇ, ਹਾਂ ਨਾਲ ਹੀ ਓਰੀਜਨਲ ਹੀ ਆ। ਅੱਛਾ, ਉਹਦੇ ਵਾਸਤੇ ਵੀ ਬਾਈ ਦੇਸੀ ਫਿਲਟਰ ਨਾ ਵਰਤੋ ਹਨਾ। ਅੱਛਾ, ਆਓ ਦੇਖ ਸਕਦੇ ਸੀ ਸੁੱਕਾ ਪਿਆ ਜਮੀ, ਅੰਦਰਲਾ ਸੁੱਕਾ ਪਿਆ, ਹਾਂ ਅੰਦਰ ਤਾਂ ਫਿਰ ਇਤਾ। ਕਦੇ ਵਾਸਤੇ ਵੀ ਬਾਈ ਦੇਸੀ ਫਿਲਟਰ ਨਾ ਵਰਤੋ ਹਨਾ, ਆਪਾਂ 2-400 ਦੇ ਲਾਲਚ ਚ ਵਗ ਜਾਂਦੇ ਆ, ਸਸਤੇ ਮਿਲ ਜਾਂਦੇ ਨੇ, ਅੱਗੇ ਨੁਕਸਾਨ ਕਰਦਾ, ਉਹ ਨੁਕਸਾਨ ਵੱਧਦਾ ਕਰਦਾ। ਤੂੰ ਐ ਲਾ ਲਾ ਵੀ ਜੇ ਟਰੈਕਟਰ ਦੇ ਇੰਜਨ ਦਾ ਕੰਮ ਕਰਾਉਣਾ ਪੈ ਗਿਆ 50,000 ਰੁਪਏ, ਨੋਰਮਲ ਗੱਲ ਆ, ਉਹੀ ਗੱਲ ਹੋ ਗਈ। ਮੈਂ ਕਹ ਰੋ ਇੱਕ ਵਾਰ ਸਸਤਾ ਰੋਵੇ, ਬਾਰ ਬਾਰ ਫਿਲਟਰ ਇੱਕ ਵਾਰੀ ਵਧੀਆ ਲਾ ਦੇ, ਬਾਕੀ ਫਿਲਟਰ ਲਾਵੇ ਕੋਸ਼ਿਸ਼ ਕਰੋ ਵੀ ਵੱਡਾ ਫਿਲਟਰ ਲਾਓ। ਅੱਛਾ, ਛੋਟੇ ਫਿਲਟਰ ਦਾ ਫਾਇਦਾ ਨਹੀਂ ਹੈਗਾ, ਇਹ ਵੀ ਛੋਟਾ ਹਜੇ। ਹੂੰ, ਜਿਵੇਂ ਹਾਲੈਂਡ ਦੇ ਵੱਡਾ ਫਿਲਟਰ ਆਉਂਦਾ, ਫਿਲਟਰ ਵੱਡਾ ਲਾਓ। ਤੇ ਇੱਧਰ ਦੀ ਆ ਜਾ ਮਾੜਾ ਜਿਹਾ, ਪੰਪ ਵੀ ਦੇਖ ਲਓ, ਪੰਪ ਦੀ ਵੀ ਰੇਸ਼ ਵਾਲੀ ਹਜੇ ਤੱਕ ਆ ਵੀ ਨਹੀਂ ਲਾਹੀ, ਉੱਤੋਂ ਕਵਰ ਵੀ ਨਹੀਂ ਲਾਹਿਆ। ਆ ਤਾਂ ਚਲੋ ਰੇਤਾ ਰੂਤਾ ਲੱਗ ਜਾਂਦਾ, ਇੰਨਾ ਕੁ ਕੰਮ ਬਹੁਤ ਲੈਂਦੇ ਟਰੈਕਟਰ ਦੇ ਤੋਂ, ਕੰਮ ਫੁੱਲ ਦਿੰਦਾ ਬਾਈ ਆਪਾਂ ਨੂੰ ਇਹ। ਅੱਛਾ, ਵੀ ਸੀਲਡ ਹੀ ਪਿਆ ਇੰਜਣ, ਵੀ ਨਵਾਂ ਹੀ ਇੰਜਣ ਆ ਯਾਰ, ਦੇਖ ਸਕਦੇ ਤੁਸੀਂ ਆਹ ਦੇਖੋ, ਕਿਤੋਂ ਰੰਗ ਨਹੀਂ ਉਤਰਿਆ, ਕਿਤੋਂ ਕੋਈ ਕਲੇਪੜ ਨਹੀਂ ਰਿਹਾ, ਕਦੇ ਪਾਣੀ ਵੀ ਨਹੀਂ ਬਾਈ, ਸੂਤ ਪਰ ਪਾਣੀ ਵੀ ਨਹੀਂ ਘਟਾਇਆ ਕਦੇ, ਮਗਲੈਲ ਤਾਂ ਘਟਾਉਣੀ ਗਈ ਆ। ਅੱਛਾ, ਪਾਣੀ ਵੀ ਨਹੀਂ ਘਟਾਇਆ ਕਦੇ ਰੇਡੀਏਟਰ ਜੋ ਟਰੈਕਟਰ ਨੇ, ਰੇਡੀਏਟਰ ਚੋਂ ਮੈਨੂੰ ਲੱਗਦਾ ਪਾਣੀ ਇਹਨੂੰ ਵੀ ਨਹੀਂ ਦਿਖਾਇਆ ਕਦੇ, ਨਾ ਪਾਣੀ ਵੀ ਲੋੜ ਹੀ ਨਹੀਂ ਇਹਨੂੰ, ਟਰੈਕਟਰ ਨੂੰ ਵੀ ਦਿਖਾਇਆ ਕਦੇ, ਕੱਦੂ ਕਰਕੇ ਬਸ ਐਂ ਖੜਿਆ ਵਿਚਾਰਾ, ਵੀ ਕੰਮ ਲੈਨੋ ਫੁੱਲ, ਹਾਂ ਕੰਮ ਲੈਨੇ ਆ ਫੁੱਲ, ਫੁੱਲ ਕੰਮ ਲੈਨੇ ਆ। ਅੱਛਾ, ਤੇ ਸਟੀਅਰਿੰਗ ਦੇਖ ਲਓ ਦੁਬਾਰੇ ਆ ਕੇ, ਜੇ ਸਟੀਅਰਿੰਗ ਚਾਹੀਦਾ ਹੋਵੇ ਕਿਸੇ ਨੂੰ, ਹਾਂ ਮਿਲ ਜੂਗਾ, ਉਹੀ 95,308,14,000। ਹਾਂ ਓਕੇ, ਬਾਕੀ ਮੈਂ ਤਾਂ ਇਹ ਕਹਿਣਾ ਵੀ ਇਹ ਬਾਈ ਇਹਦਾ ਲਵਾਏ ਦਾ ਫਾਇਦਾ ਨਹੀਂ, ਸਟੀਅਰਿੰਗ ਦਾ ਸਹੀ ਗੱਲ ਦੱਸਾਂ ਮੈਂ। ਅੱਛਾ, ਜਿਹੜੇ ਮੇਰੇ ਵੀਰ ਖੜਕ ਫਾਇਦਾ ਨਹੀਂ, ਖੜ ਗੱਲ ਖੜਕਣ ਦੀ ਨਹੀਂ ਬਾਈ, ਇਹਦਾ ਨਾ ਗਲਾਈ ਥੋੜੀ ਜੀ ਘੱਟ ਆ, ਗੇੜੇ ਜ਼ਿਆਦਾ ਆਉਂਦੇ, ਗੇੜੇ ਜ਼ਿਆਦਾ ਆਉਂਦੇ ਨੇ, ਸੜਕ ਤੇ ਪਤਾ ਲੱਗਦਾ ਇਹਦਾ, ਜਦੋਂ ਆਪਾਂ ਚਲਾਉਣੇ ਆ ਨਾ ਸੜਕ ਤੇ, ਕਿੱਥੇ ਤਾਂ ਵੱਡਾ ਸਟੀਅਰਿੰਗ ਆ, ਹੱਥ ਪਾ ਕੇ ਸਿੱਧੀ ਇੱਕ ਵਾਰੀ ਹੱਥ ਲਾ ਲਿਆ ਮੁੜ ਕੇ ਕਿੱਧਰ ਕਰਨੀ, ਇਹ ਨਾ ਜ਼ਿਆਦਾ ਰਾਉਂਡ ਜ਼ਿਆਦਾ ਲੈਂਦਾ ਇਹ ਸਟੀਅਰਿੰਗ। ਅੱਛਾ, ਹਾਂ ਸੜਕ ਤੇ ਪਤਾ ਲੱਗਦਾ ਇਹਦਾ ਚਲਾ ਕੇ, ਮੈਂ ਤਾਂ ਕਹਿੰਦਾ ਵੀ ਇਹਦਾ ਫਾਇਦਾ ਕੋਈ ਨਹੀਂ ਸਟੀਅਰਿੰਗ ਛੋਟੇ ਲਾਏ ਦਾ, ਬੇ ਲੁੱਕ ਲੁੱਕ ਦੇਖਣ ਦੇਖਣ ਨੂੰ ਹੀ ਆ ਬਸ, ਕੋਈ ਏਡੀ ਗੱਲਬਾਤ ਨਹੀਂ ਹੈਗੀ, ਪੁਰਾਣਾ ਸਟੀਅਰਿੰਗ ਵਧੀਆ ਸਭ ਤੋਂ, ਕੰਪਨੀ ਕੋਈ ਸੋਚ ਕੇ ਦਿੰਦੀ ਆ ਕੋਈ ਚੀਜ਼, ਦਿੰਦੀ ਤਾਂ ਸਹੀ ਆ, ਅਸਲ ਨਾ ਟ੍ਰਾਇਲ ਪਤਾ ਤਾਂ ਫੀਲਡ 'ਚ ਹੀ ਲੱਗਦਾ ਚੀਜ਼ ਦਾ, ਹਾਂ ਕਿਸਾਨ ਕੰਪਨੀ ਦਿੰਦੀ ਆ, ਅਸਲ ਵੱਡਾ ਕੀ ਕਹਿੰਦੇ ਹੁੰਦੇ ਨੇ ਜਿਹੜਾ ਆਪਾਂ ਨੂੰ ਲੱਗਦਾ ਵੀ ਉਹ ਕਿਸਾਨ ਹੀ ਦੱਸ ਸਕਦਾ, ਕਿਸਾਨ ਤੋਂ ਵੱਡਾ ਕੋਈ ਇੰਜੀਨੀਅਰ ਨਹੀਂ ਹੈਗਾ, ਠੀਕ ਇਹਦਾ ਛੋਟੇ ਸਟੀਅਰਿੰਗ ਦਾ ਕੋਈ ਫਾਇਦਾ ਨਹੀਂ। ਤੇ ਦੇਖ ਲਓ ਤੁਸੀਂ ਟਰੈਕਟਰ ਨੂੰ ਕਿਹੜਾ ਦਿਖਾ ਦੋ, ਕਿਹੜਾ ਐਂਗਲ 'ਚ ਵੱਡੇ 'ਚ, ਡਬਲ ਡਿਸਟ੍ਰੀਬਿਊਟਰ ਇਹਦੇ ਲੱਗਿਆ ਹੋਇਆ, ਹਰ ਇੱਕ ਚੀਜ਼ ਲੱਗੀ ਹੋਈ ਆ, ਮੈਟ ਵੀ ਲੱਗਿਆ ਹੋਇਆ, ਤੁਹਾਨੂੰ ਅੱਜ ਤੱਕ 50-50 ਡੀ ਦੇ ਕਿਸੇ ਦੇ ਮੈਟ ਨਹੀਂ ਦਿਖੂ, 50-50 ਡੀ ਦੇ ਵੀ ਨਹੀਂ ਆਉਂਦਾ, 54-5 ਦੇ ਆਉਂਦਾ, ਇਹ ਮੈਟ ਅੱਜ ਤੋਂ 5 ਸਾਲ ਨੂੰ ਆਊਗਾ। ਅੱਛਾ, ਤੇ ਇੱਕ ਗੱਲ ਹੋਰ, ਇਹ ਸ਼ੋ ਜਿਹੜੀ ਫਿੱਟ ਕਰੀ ਹੈਗੀ ਇਹਦੀ ਦੂਸਰੀ ਦੀ ਕੁਛ ਕਰਨ ਦੀ ਲੈਦੇ ਆ, ਸਸਪੈਂਡਲ ਪੈਡਲ ਕਰ ਰਹੇ ਆ, ਹਾਂ ਕਲੱਚ ਉੱਪਰ ਉਹ, ਹਾਂ 53 ਦਾ ਸਸਪੈਂਡਲ ਪੈਡਲ ਕਰ ਰਹੇ ਆ ਆਪਾਂ ਇਹਦੇ ਇਸ ਟਰੈਕਟਰ ਨੂੰ, ਹਾਂ ਓਕੇ, ਕੁਛ ਨਹੀਂ ਕਰਨ ਦੀ ਲੋੜ ਹੈਗੀ, ਉਹ ਤੁਹਾਨੂੰ ਦੱਸ ਦਿੰਨੇ ਆ, ਇੱਥੇ ਨਾ ਇਹਦੇ ਫਰੇਮ ਲੱਗਿਆ ਹੁੰਦਾ ਇੱਕ। ਅੱਛਾ, ਉਹ ਬਸ ਫਰੇਮ ਬਦਲਿਆ ਜਾਊਗਾ, ਆਹ ਟਾਪੇ ਉਹੀ ਰਹਿ ਜਾਣਗੇ, ਫਰੇਮ ਬਦਲ ਕੇ ਇੱਕ ਬਸ ਆ ਮੀਟਰ ਜ਼ਰੂਰ ਬਦਲਣਾ ਪਊਗਾ, ਸਸਪੈਂਡਲ ਪੈਡਲ ਕਰ ਦੇਣੇ ਇਹਦੇ 53 ਸਾਲੇ। ਤੇ ਜਿਵੇਂ ਤੁਸੀਂ ਦੇਖਿਆ ਗਿਆ ਵੀ ਜੈਕ ਬਾਰੇ ਆਪਾਂ, ਵੀ ਜੇ ਕਿਸੇ ਨੇ ਜੈਕ ਲਵਾਉਣਾ ਹੋਵੇ
ਤਾਂ ਜੇ ਕੋਈ ਟਰੈਕਟਰ ਦਾ ਜਾਉਂਦੇ ਨਾ ਤਾਂ ਕੋਈ ਵੀ ਸਮਾਨ ਹੋਵੇ 95308 14000 ਨੰਬਰ ਤੇ ਆ ਬਾਈ ਨੂੰ ਕਾਲ ਕਰਕੇ ਤੁਸੀਂ ਆਪਦਾ ਸਮਾਨ ਅਵੇਲੇਬਲ ਕਰਵਾ ਸਕਦੇ ਹੋਗੇ ਤੇ ਬਾਈ ਇਹ ਹੋਏਗੀ ਕੀ ਡਿਲੀਵਰੀ ਤਾਂ ਨਹੀਂ ਹੈਗੀ ਨਹੀਂ ਬਾਈ ਡਿਲੀਵਰੀ ਇੰਨਾ ਟਾਈਮ ਅੱਛਾ ਡਿਲੀਵਰੀ ਵਾਲਾ ਹਜੇ ਬਾਈ ਕਰਿਆ ਨਹੀਂਗਾ ਵੀ ਪਰ ਵੀ ਸਮਾਨ ਤੁਹਾਨੂੰ ਸਾਰਾ ਓਰੀਜਨਲ ਮਿਲੂ ਜੈਨੂਅਲ ਮਿਲੂ ਤੁਹਾਨੂੰ ਲੈ ਕੇ ਆਪ ਜਾਣਾ ਪਊਗਾ ਤੇ ਤੁਸੀਂ ਟਾਇਰ ਟੂਰ ਟੱਪਾ ਵੀ ਜੌਨ ਡੀਅਰ ਦਾ ਯਾਰ ਕੋਈ ਵੀ ਚੀਜ਼ ਆ ਰਿੰਮਾ ਪਿਛਲਾ ਟਾਇਰ ਆ ਲੁੱਟਾ ਸਹੀ ਗੱਲ ਦੱਸਾਂ ਮੈਂ ਤੈਨੂੰ ਲੁੱਟ ਹੋ ਰਹੀ ਆ ਕਿਸਾਨਾਂ ਨਾਲ ਮੋਡੀਫਿਕੇਸ਼ਨ ਹੁੰਦਾ ਕੁਛ ਨੀ ਕੰਮ ਸਾਰਾ 5-7 ਹਜ਼ਾਰ ਦਾ ਹੁੰਦਾ 50-50 ਹਜ਼ਾਰ ਰੁਪਏ ਲਈ ਜਾਂਦੇ ਨੇ ਹਨਾ ਐਵੇਂ ਆਪਾਂ ਤਾਂ ਗੱਲ ਸਹੀ ਕਹਿੰਦੇ ਆ ਵੀ ਮੋਡੀਫਿਕੇਸ਼ਨ ਦਾ ਕੋਈ ਫਾਇਦਾ ਨੀ ਹੈਗਾ ਵੀ ਜੌਨ ਡੀਅਰ ਦੀ ਇਕੱਲੀ ਯਾਰ ਵੀ ਕਲੱਚ ਪਲੇਟ ਨੂੰ ਛੱਡ ਕੇ ਕੋਈ ਵੀ ਸਮਾਨ ਆ ਤੁਸੀਂ ਇੱਥੋਂ ਬਾਈ ਤੋਂ ਲੈ ਸਕਦੇ ਹੋਗੇ ਤੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਗੇ ਇਸ ਤੋਂ ਅੱਗੇ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਇਸ ਦੇ ਉੱਪਰ ਵੀ ਦੇਖਾਂਗੇ ਕੋਸ਼ਿਸ਼ ਕਰਾਂਗੇ ਵੀ ਜੇ ਸੁਪਰ ਸੀਡਰ ਇਹਨੇ ਚਲਾਇਆ ਕਿਹੜਾ ਪਾ ਕੇ ਦੇਖਾਂਗੇ ਵੀ ਚਲਾਊਗਾ ਤੁਹਾਨੂੰ ਲਿਫਟ ਵੀ ਦਿਖਾਵਾਂਗੇ ਇਹਦੇ ਪਿੱਛੇ ਵੇਟ ਚੱਕ ਕੇ ਵੀ ਕਾਮਯਾਬ ਆ ਕਿ ਕਿਵੇਂ ਆ ਕੋਈ ਚੀਜ਼ ਵੀ ਐਵੇਂ ਕਿ ਐਵੇਂ ਮਰ ਜਾਂਦੇ ਲੋਕ ਵੀ ਆਪਾਂ ਆਪ ਚਲਵਾ ਕੇ ਪਿੱਛੇ ਅਸਲ ਸਹੀ ਮਾਇਨੇ ਤਾਂ 7 ਫੁੱਟਾ ਸੁਪਰ ਸੀਡਰ ਕੰਮ ਕਰੂਗਾ ਸਾਮੀ ਆਪਾਂ ਖਚਾਤਾ ਚਾਹੇ ਧੱਕਾ ਦਾ 10 ਫੁੱਟਾ ਜਿਵੇਂ ਉਹਦਾ ਕੁਝ ਮਰਜ਼ੀ ਕਰ ਲਈਏ ਸਹੀ ਮਾਇਨੇ ਚ ਇਹਦੇ ਪਿੱਛੇ 7 ਫੁੱਟਾ ਸੁਪਰ ਸੀਡਰ ਸਹੀ ਆ 7 ਫੁੱਟਾ ਸੁਪਰ ਸੀਡਰ ਠੀਕ ਆ ਵੀਰੇ ਠੀਕ ਆ ਜੀ ਓਕੇ ਜੀ ਥੈਂਕ ਯੂ ਓਕੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਓਕੇ ਜੀ ਥੈਂਕ ਯੂ ਸਬਸਕ੍ਰਾਈਬ ਤੇ